ਬਿਆਸ ਦਰਿਆ ਦਾ ਪਾਣੀ ਫਿਰ ਤੋਂ ਲੋਕਾਂ ਨੂੰ ਡਰਾਉਣ ਲੱਗ ਗਿਆ ਹੈ, ਕਿਉਂਕਿ ਪਹਾੜੀ ਇਲਾਕਿਆਂ 'ਚ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਦਰਿਆ ਦੇ ਪਾਣੀ ਦਾ ਪੱਧਰ ਕਦੀ ਉੱਤੇ ਜਾ ਰਿਹਾ ਹੈ ਤੇ ਕਦੀ ਹੇਠਾਂ, ਜਿਸ ਕਰਕੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ। ਪ੍ਰਸ਼ਾਸਨ ਦੇ ਵੱਲੋਂ ਵੀ ਆਪਣੇ ਤੌਰ ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਇੱਕ ਇੱਕ ਘੰਟੇ ਬਾਅਦ ਪਾਣੀ ਮਾਪਿਆ ਜਾ ਰਿਹਾ ਹੈ ਕਿ ਕਿੰਨੇ ਕਿਊਸਿਕ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ ਕਿੰਨੀ ਹੇਠਾਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਿਆਸ ਦਰਿਆ ਦਾ ਪਾਣੀ ਜਿਹੜਾ ਹੈ ਖਤਰੇ ਦੇ ਨਿਸ਼ਾਨ ਤੋਂ ਮਹਿਜ਼ ਕੁਝ ਹੀ ਦੂਰੀ ਤੇ ਹੈ, ਤੇ ਜੇਕਰ ਹਾਲੇ ਵੀ ਬਰਸਾਤ ਨਹੀਂ ਰੁਕਦੀ ਹੈ, ਪਹਾੜੀ ਇਲਾਕਿਆਂ 'ਚ ਮੈਦਾਨੀ ਇਲਾਕਿਆਂ 'ਚ ਲਗਾਤਾਰ ਮੀਂਹ ਪੈਂਦਾ ਹੈ, ਤਾਂ ਇਸ ਦਰਿਆ ਦਾ ਪਾਣੀ ਜਿਹੜਾ ਹੋਰ ਵੀ ਵੱਧ ਸਕਦਾ ਹੈ, ਜਿਸ ਕਰਕੇ ਬਿਆਸ ਦਰਿਆ ਦੇ ਕੰਢਿਆਂ 'ਤੇ ਵਸੇ ਪਿੰਡਾਂ ਦੇ ਹਾਲਾਤ ਦੇਖੇ ਜਾ ਰਹੇ ਨੇ। ਪ੍ਰਸ਼ਾਸਨ ਨਿਗਰਾਨੀ ਰੱਖ ਰਿਹਾ ਹੈ ਪਿੰਡਾਂ ਦੇ ਉੱਤੇ ਕਿ ਸਭ ਤੋਂ ਪਹਿਲੇ ਜੇ ਪਾਣੀ ਵੱਧ ਆਇਆ ਤਾਂ ਕਿਹੜੇ ਰਾਹ ਥਾਣੀ ਕਿਹੜੇ ਪਿੰਡਾਂ ਤੱਕ ਪਹੁੰਚੇਗਾ ਅਤੇ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ, ਕਿਸ ਤਰ੍ਹਾਂ ਉਹਨਾਂ ਨਾਲ ਨਜਿੱਠਿਆ ਜਾ ਸਕਦਾ ਹੈ। ਤਸਵੀਰਾਂ ਦੇਖੋ ਬਿਆਸ ਦਰਿਆ ਦੀਆਂ, ਜੋ ਪੁਲ ਤੋਂ ਮਹਿਜ਼ ਕੁਝ ਹੀ ਦੂਰੀ 'ਤੇ ਹੈ। ਬੇਸ਼ੱਕ ਇਹ ਖਤਰੇ ਦੇ ਨਿਸ਼ਾਨ ਤੋਂ ਕੁਝ ਹੇਠਾਂ ਆ, ਪਰ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਫਿਰ ਇਸ ਦਰਿਆ ਦਾ ਪਾਣੀ ਹੋਰ ਵੀ ਵੱਧ ਸਕਦਾ ਹੈ, ਜੋ ਕਿ ਕਈ ਪਿੰਡਾਂ ਨੂੰ ਪ੍ਰਭਾਵਿਤ ਕਰੇਗਾ। ਤਸਵੀਰਾਂ ਅੰਮ੍ਰਿਤਸਰ ਦੇ ਅਧੀਨ ਪੈਂਦੇ ਬਿਆਸ ਦਰਿਆ ਦੇ ਕੰਢੇ ਦੇ ਇਲਾਕਿਆਂ ਦੀਆਂ ਨੇ। ਇੱਕ ਪਾਸੇ ਤਾਂ ਜਿੱਥੇ ਬਿਆਸ ਦਰਿਆ ਦਾ ਪਾਣੀ ਹੈ ਜੋ ਲਗਾਤਾਰ ਉੱਪਰ ਹੇਠਾਂ ਹੋ ਰਿਹਾ ਹੈ, ਅਤੇ ਜੇ ਮੀਂਹ ਪੈਂਦਾ ਰਿਹਾ ਤਾਂ ਫਿਰ ਇਹ ਸਿਰਫ ਉੱਪਰ ਹੀ ਹੋਏਗਾ, ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਜਾਏਗਾ, ਜੋ ਕਿ ਹਾਲੇ ਕੁਝ ਹੀ ਦੂਰੀ 'ਤੇ ਹੈ। ਪਰ ਇੱਥੇ ਲੋਕਾਂ ਦੇ ਸਾਹ ਵੀ ਸੁੱਕੇ ਹੋਏ ਨੇ, ਖਾਸ ਕਰਕੇ ਉਹਨਾਂ ਦੇ ਜੋ ਇਸ ਬਿਆਸ ਦਰਿਆ ਦੇ ਕੰਢੇ 'ਤੇ ਵਸੇ ਹੋਏ ਨੇ। ਬੇਸ਼ੱਕ ਪ੍ਰਸ਼ਾਸਨ ਵੀ ਨਿਗਰਾਨੀ ਰੱਖ ਰਿਹਾ ਹੈ, ਪਿੰਡਾਂ ਦੇ ਹਾਲਾਤ ਦੇਖੇ ਜਾ ਰਹੇ ਨੇ, ਜਾਇਜ਼ਾ ਲਿਆ ਜਾ ਰਿਹਾ, ਪਰ ਨਾਲ ਹੀ ਕਿਸੇ ਤਰ੍ਹਾਂ ਦੇ ਵੀ ਹਾਲਾਤ ਬਣੇ ਤੇ ਉਹਨਾਂ ਨਾਲ ਨਜਿੱਠਣ ਲਈ ਜਿਹੜੀ ਇਹ ਪੂਰੀ ਤਿਆਰੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਚੁੱਕੀ ਹੈ। ਵਿਜੇ ਕੁਮਾਰ ਵਿਜੇ ਜੀ, ਕਿਵੇਂ ਹੈਗਾ ਬਿਆਸ ਦਰਿਆ ਦਾ ਪਾਣੀ ਦਾ ਪੱਧਰ? ਪਾਣੀ ਦਾ ਪੱਧਰ ਹੈ 35-50 ਹੈ ਪਹਿਲੇ, ਇਸ ਵੇਲੇ 34-80 ਚੱਲ ਰਿਹਾ। 35-50 ਦੇ ਉੱਤੇ ਕਿੰਨੇ ਕਿਊਸਿਕ ਹੈਗੀ ਆ ਡਿਸਚਾਰਜ? ਡਿਸਚਾਰਜ ਕੋਈ ਬਣਾ ਦਾ 36,000। 36,000? ਹਾਂਜੀ ਠੀਕ ਹੈ। ਤੇ ਉਸ ਤੋਂ ਬਾਅਦ ਪਹਿਲਾਂ ਡ੍ਰੌਪ ਹੋਇਆ ਜਿੱਦਾਂ 18,000 ਤੇ ਗਿਆ ਸੀਗਾ, ਉਸ ਤੋਂ ਬਾਅਦ ਪਾਣੀ ਅੱਪ ਹੋ ਰਿਹਾ ਫਿਰ? ਹਾਂ ਫਿਰ ਵੱਧ ਰਿਹਾ ਹੈ। ਕਿੰਨਾ ਹੋ ਰਿਹਾ? ਪਹਿਲੇ ਨਾਲੋਂ ਤਾਂ ਕਾਫੀ ਵਧਿਆ ਹੈ, 33 ਪਰ ਆ ਗਈ ਸੀ, ਹੁਣ ਤਾਂ ਫਿਰ 34-80 ਚੱਲ ਰਹੀ ਹੈ। ਠੀਕ ਹੈ। ਹੁਣ ਪ੍ਰੋਪਰ ਗੇਜ ਜਿਹੜੀ ਹੈਗੀ ਆ ਉਹ ਕਿੰਨੀ ਹੈਗੀ? 34-80। ਡਿਸਚਾਰਜ ਜਿਹੜਾ ਹੈਗਾ ਵਾ ਕਿੰਨਾ ਨੂੰ ਕੀ ਲੱਗਦਾ? ਹੁਣ ਬਾਰਿਸ਼ ਵੀ ਹੋ ਰਹੀ ਹੈ 26,467। ਹੁਣ ਜਿਹੜਾ ਮੈਂ ਬਾਰਿਸ਼ ਕਿਵੇਂ ਆ? ਬਾਰਿਸ਼ ਤਾਂ ਹੋ ਰਹੀ ਹੈ, ਪਰ ਇਹਦੇ ਨਾਲ ਵਧੇਗਾ ਤਾਂ ਸਵੇਰ ਨੂੰ ਵਧੇ ਪਾਣੀ। ਸਵੇਰ ਨੂੰ ਵਧੇਗਾ, ਹੋ ਸਕਦਾ ਨਾ? ਹਾਂ ਰਾਤ ਨੂੰ ਵਧ ਜਾਏ ਪਾਣੀ। ਠੀਕ ਹੈ, ਕਿਉਂਕਿ ਹਿਮਾਚਲ ਦਾ ਵੀ ਜਿਹੜਾ ਹੈਗਾ ਹੁਣ ਤੇ ਚੱਕੀ ਪੁੱਲ ਦਾ ਜਾਂ ਕਿੱਦਾਂ ਹੈ? ਜਿਹੜਾ ਪਿੱਛੇ ਤੇ ਆਉਂਦਾ ਉਹ ਵਧਦਾ, ਦੂਜੇ ਦਿਨ ਹੀ ਵਧਦਾ ਆਈ ਜੀ। ਅੱਛਾ ਜੀ। ਹਾਂ ਟਾਈਮ ਲੱਗਦਾ ਨਾ ਇੱਥੇ ਪਹੁੰਚਣ ਨੂੰ। ਬਿਆਸ ਦਰਿਆ ਦਾ ਪਾਣੀ ਫਿਰ ਤੋਂ ਲੋਕਾਂ ਨੂੰ ਡਰਾਉਣ ਲੱਗ ਗਿਆ ਹੈ, ਕਿਉਂਕਿ ਪਹਾੜੀ ਇਲਾਕਿਆਂ 'ਚ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਦਰਿਆ ਦੇ ਪਾਣੀ ਦਾ ਪੱਧਰ ਕਦੀ ਉੱਤੇ ਜਾ ਰਿਹਾ ਹੈ ਤੇ ਕਦੀ ਹੇਠਾਂ, ਜਿਸ ਕਰਕੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ। ਪ੍ਰਸ਼ਾਸਨ ਦੇ ਵੱਲੋਂ ਵੀ ਆਪਣੇ ਤੌਰ ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਇੱਕ ਇੱਕ ਘੰਟੇ ਬਾਅਦ ਪਾਣੀ ਮਾਪਿਆ ਜਾ ਰਿਹਾ ਹੈ ਕਿ ਕਿੰਨੇ ਕਿਊਸਿਕ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ ਕਿੰਨੀ ਹੇਠਾਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਿਆਸ ਦਰਿਆ ਦਾ ਪਾਣੀ ਜਿਹੜਾ ਹੈ ਖਤਰੇ ਦੇ ਨਿਸ਼ਾਨ ਤੋਂ ਮਹਿਜ਼ ਕੁਝ ਹੀ ਦੂਰੀ 'ਤੇ ਹੈ, ਤੇ ਜੇਕਰ ਹਾਲੇ ਵੀ ਬਰਸਾਤ ਨਹੀਂ ਰੁਕਦੀ ਹੈ, ਪਹਾੜੀ ਇਲਾਕਿਆਂ 'ਚ ਮੈਦਾਨੀ ਇਲਾਕਿਆਂ 'ਚ ਲਗਾਤਾਰ ਮੀਂਹ ਪੈਂਦਾ ਹੈ, ਤਾਂ ਇਸ ਦਰਿਆ ਦਾ ਪਾਣੀ ਜਿਹੜਾ ਹੋਰ ਵੀ ਵੱਧ ਸਕਦਾ ਹੈ, ਜਿਸ ਕਰਕੇ ਬਿਆਸ ਦਰਿਆ ਦੇ ਕੰਢਿਆਂ 'ਤੇ ਵਸੇ ਪਿੰਡਾਂ ਦੇ ਹਾਲਾਤ ਦੇਖੇ ਜਾ ਰਹੇ ਨੇ। ਪ੍ਰਸ਼ਾਸਨ ਨਿਗਰਾਨੀ ਰੱਖ ਰਿਹਾ ਹੈ ਪਿੰਡਾਂ ਦੇ ਉੱਤੇ ਕਿ ਸਭ ਤੋਂ ਪਹਿਲੇ ਜੇ ਪਾਣੀ ਵੱਧ ਆਇਆ ਤਾਂ ਕਿਹੜੇ ਰਾਹ ਥਾਣੀ ਕਿਹੜੇ ਪਿੰਡਾਂ ਤੱਕ ਪਹੁੰਚੇਗਾ ਅਤੇ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ, ਕਿਸ ਤਰ੍ਹਾਂ ਉਹਨਾਂ ਨਾਲ ਨਜਿੱਠਿਆ ਜਾ ਸਕਦਾ ਹੈ।
ਤਸਵੀਰਾਂ ਦੇਖੋ ਬਿਆਸ ਦਰਿਆ ਦੀਆਂ ਜੋ ਪੁਲ ਤੋਂ ਮਹਿਜ਼ ਕੁਝ ਹੀ ਦੂਰੀ ਤੇ ਹੈ। ਬੇਸ਼ੱਕ ਇਹ ਖਤਰੇ ਦੇ ਨਿਸ਼ਾਨ ਤੋਂ ਕੁਝ ਹੇਠਾਂ ਆ, ਪਰ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਫਿਰ ਇਸ ਦਰਿਆ ਦਾ ਪਾਣੀ ਹੋਰ ਵੀ ਵੱਧ ਸਕਦਾ ਹੈ, ਜੋ ਕਿ ਕਈ ਪਿੰਡਾਂ ਨੂੰ ਪ੍ਰਭਾਵਿਤ ਕਰੇਗਾ। ਤਸਵੀਰਾਂ ਅੰਮ੍ਰਿਤਸਰ ਦੇ ਅਧੀਨ ਪੈਂਦੇ ਬਿਆਸ ਦਰਿਆ ਦੇ ਕੰਢੇ ਦੇ ਇਲਾਕਿਆਂ ਦੀਆਂ ਨੇ। ਇੱਕ ਪਾਸੇ ਤਾਂ ਜਿੱਥੇ ਬਿਆਸ ਦਰਿਆ ਦਾ ਪਾਣੀ ਹੈ ਜੋ ਲਗਾਤਾਰ ਉੱਪਰ ਹੇਠਾਂ ਹੋ ਰਿਹਾ ਹੈ, ਅਤੇ ਜੇ ਮੀਂਹ ਪੈਂਦਾ ਰਿਹਾ ਤਾਂ ਫਿਰ ਇਹ ਸਿਰਫ ਉੱਪਰ ਹੀ ਹੋਏਗਾ, ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਜਾਏਗਾ, ਜੋ ਕਿ ਹਾਲੇ ਕੁਝ ਹੀ ਦੂਰੀ 'ਤੇ ਹੈ। ਪਰ ਇੱਥੇ ਲੋਕਾਂ ਦੇ ਸਾਹ ਵੀ ਸੁੱਕੇ ਹੋਏ ਨੇ, ਖਾਸ ਕਰਕੇ ਉਹਨਾਂ ਦੇ ਜੋ ਇਸ ਬਿਆਸ ਦਰਿਆ ਦੇ ਕੰਢੇ 'ਤੇ ਵਸੇ ਹੋਏ ਨੇ। ਬੇਸ਼ੱਕ ਪ੍ਰਸ਼ਾਸਨ ਵੀ ਨਿਗਰਾਨੀ ਰੱਖ ਰਿਹਾ ਹੈ, ਪਿੰਡਾਂ ਦੇ ਹਾਲਾਤ ਦੇਖੇ ਜਾ ਰਹੇ ਨੇ, ਜਾਇਜ਼ਾ ਲਿਆ ਜਾ ਰਿਹਾ, ਪਰ ਨਾਲ ਹੀ ਕਿਸੇ ਤਰ੍ਹਾਂ ਦੇ ਵੀ ਹਾਲਾਤ ਬਣੇ ਅਤੇ ਉਹਨਾਂ ਨਾਲ ਨਜਿੱਠਣ ਲਈ ਜਿਹੜੀ ਇਹ ਪੂਰੀ ਤਿਆਰੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਚੁੱਕੀ ਹੈ। ਵਿਜੇ ਕੁਮਾਰ, ਵਿਜੇ ਜੀ, ਕਿਵੇਂ ਹੈਗਾ ਬਿਆਸ ਦਰਿਆ ਦਾ ਪਾਣੀ ਦਾ ਪੱਧਰ? ਪਾਣੀ ਦਾ ਪੱਧਰ ਹੈ 35-50 ਹੈ, ਪਹਿਲੇ ਇਸ ਵੇਲੇ 34-80 ਚੱਲ ਰਿਹਾ। 35-50 ਦੇ ਉੱਤੇ ਕਿੰਨੇ ਕਿਊਸਿਕ ਹੈਗੀ ਆ ਡਿਸਚਾਰਜ? ਡਿਸਚਾਰਜ ਕੋਈ ਬਣਾ ਦਾ 36,000। ਹਾਂਜੀ, ਠੀਕ ਹੈ। ਤੇ ਉਸ ਤੋਂ ਬਾਅਦ ਪਹਿਲਾਂ ਡ੍ਰੌਪ ਹੋਇਆ ਜਿੱਦਾਂ 18,000 ਤੇ ਗਿਆ ਸੀਗਾ, ਉਸ ਤੋਂ ਬਾਅਦ ਪਾਣੀ ਅਪ ਹੋ ਰਿਹਾ ਫਿਰ? ਹਾਂ, ਫਿਰ ਵੱਧ ਰਿਹਾ ਹੈ। ਕਿੰਨਾ ਹੋ ਰਿਹਾ? ਪਹਿਲੇ ਨਾਲੋਂ ਤਾਂ ਕਾਫੀ ਵਧਿਆ ਹੈ, 33 ਪਰ ਆ ਗਈ ਸੀ, ਹੁਣ ਤਾਂ ਫਿਰ 34-80 ਚੱਲ ਰਹੀ ਹੈ। ਠੀਕ ਹੈ। ਹੁਣ ਪ੍ਰੋਪਰ ਗੇਜ ਜਿਹੜੀ ਹੈਗੀ ਆ ਉਹ ਕਿੰਨੀ ਹੈਗੀ? 34-80। ਡਿਸਚਾਰਜ ਜਿਹੜਾ ਹੈਗਾ ਵਾ ਕਿੰਨਾ ਨੂੰ ਕੀ ਲੱਗਦਾ? ਹੁਣ ਬਾਰਿਸ਼ ਵੀ ਹੋ ਰਹੀ ਹੈ 26,467। ਹੁਣ ਜਿਹੜਾ ਮੈਂ ਬਾਰਿਸ਼ ਕਿਵੇਂ ਆ? ਬਾਰਿਸ਼ ਤਾਂ ਹੋ ਰਹੀ ਹੈ, ਪਰ ਇਹਦੇ ਨਾਲ ਵਧੇਗਾ ਤਾਂ ਸਵੇਰ ਨੂੰ ਵਧੇ ਪਾਣੀ। ਸਵੇਰ ਨੂੰ ਵਧੇਗਾ, ਹੋ ਸਕਦਾ ਨਾ? ਹਾਂ, ਰਾਤ ਨੂੰ ਵਧ ਜਾਏ ਪਾਣੀ। ਠੀਕ ਹੈ, ਕਿਉਂਕਿ ਹਿਮਾਚਲ ਦਾ ਵੀ ਜਿਹੜਾ ਹੈਗਾ ਹੁਣ ਤੇ ਚੱਕੀ ਪੁੱਲ ਦਾ ਜਾਂ ਕਿੱਦਾਂ ਹੈ? ਜਿਹੜਾ ਪਿੱਛੇ ਤੇ ਆਉਂਦਾ ਉਹ ਵੱਧਦਾ, ਦੂਜੇ ਦਿਨ ਹੀ ਵੱਧਦਾ ਆਈ ਕੇ। ਅੱਛਾ ਜੀ। ਹਾਂ, ਟਾਈਮ ਲੱਗਦਾ ਨਾ ਇੱਥੇ ਪਹੁੰਚਣ ਨੂੰ।